ਤਰਨ ਤਾਰਨ ਦੇ ਪਿੰਡ ਵੇ ਪੂਈ ਦਾ ਜਵਾਨ ਜਸਬੀਰ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਨਾਲ ਮੁਕਾਬਲੇ ਵਿੱਚ ਹੋਇਆ ਸ਼ਹੀਦ। ਸ਼ਹੀਦ ਜਵਾਨ ਜਸਬੀਰ ਸਿੰਘ ਭਾਰਤੀ ਫੌਜ ਦੀ 19 ਰਾਸ਼ਟਰੀ ਰਾਈਫਲਸ ਦੇ ਵਿੱਚ ਲਾਂਸ ਨਾਇਕ ਦੇ ਅਹੁਦੇ ਤੇ ਸੀ ਤਾਇਨਾਤ। ਸ਼ਹੀਦ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹਰ ਅੱਖ ਹੋਈ ਨਮ। ਸ਼ਹੀਦ ਜਸਬੀਰ ਸਿੰਘ 7 ਸਾਲ ਪਹਿਲਾਂ ਭਾਰਤੀ ਫੌਜ ਦੇ ਵਿੱਚ ਹੋਇਆ ਸੀ ਭਰਤੀ। ਤਰਨ ਤਾਰਨ ਦੇ ਪਿੰਡ ਵਈ ਪੂਈ ਦਾ ਜਵਾਨ ਜਸਬੀਰ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਨਾਲ ਸਖਤ ਮੁਕਾਬਲੇ ਦੌਰਾਨ ਗੋਲੀ ਲੱਗਣ ਦੇ ਕਾਰਨ ਸ਼ਹਾਦਤ ਦਾ ਜਾਮ ਪੀ ਗਿਆ ਹੈ। ਸ਼ਹੀਦ ਜਸਬੀਰ ਸਿੰਘ 7 ਸਾਲ ਪਹਿਲਾਂ ਭਾਰਤੀ ਫੌਜ ਦੀ 19 ਰਾਸ਼ਟਰੀ ਰਾਈਫਲਸ ਦੇ ਵਿੱਚ ਲਾਂਸ ਨਾਇਕ ਦੇ ਅਹੁਦੇ ਤੇ ਇਸ ਸਮੇਂ ਜੰਮੂ ਕਸ਼ਮੀਰ ਦੇ ਵਿੱਚ ਅਨੰਤਨਾਗ ਦੇ ਅੰਦਰ ਤਾਇਨਾਤ ਸੀ। ਸ਼ਹੀਦ ਭਾਰਤੀ ਫੌਜ ਦੇ ਵਿੱਚ 7 ਸਾਲ ਪਹਿਲਾਂ ਭਰਤੀ ਹੋਇਆ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਸ਼ਹੀਦ ਦੇ ਸਿਰ ਦੇ ਉੱਪਰ ਹੀ ਚੱਲ ਰਿਹਾ ਸੀ ਅਤੇ ਹੁਣ ਭਾਰਤੀ ਫੌਜ ਦੇ ਇਸ ਨੌਜਵਾਨ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਗੱਲਬਾਤ ਸੀ ਉਹਨਾਂ ਜਸਬੀਰ ਸਿੰਘ ਨਾਂ ਦਾ। ਹਾਂਜੀ, ਉਹਦੇ ਸਿਰ 'ਤੇ ਅਸੀਂ ਦਿਨ ਕੱਟਣੇ ਹਾਂ ਜੀ, ਉਹਦੇ ਸਿਰ 'ਤੇ ਹੀ ਦਿਨ ਕੱਟਦੇ ਹਾਂ ਜੀ। ਹਾਂਜੀ, ਗਰੀਬ ਬਿਲਕੁਲ ਮਤਲਬ ਹੈਗੇ ਪਰਿਵਾਰ। ਹਾਂਜੀ, ਹਾਂਜੀ, ਕਿਹੜੀ ਫੌਜ 'ਚ ਭਰਤੀ ਸੀ? ਆਰਮੀ ਜੀ। ਕਿੰਨੇ ਦੇਰ ਹੋ ਗਈ ਸਰਵਿਸ? ਆਰਮੀ 15 'ਚ ਮਤਲਬ ਭਰਤੀ ਹੋਇਆ। ਕੀ ਫੋਨ ਆਇਆ ਜੀ? 15 'ਚ ਭਰਤੀ ਹੋਇਆ। ਹਾਂਜੀ, ਕੀ ਫੋਨ ਆਇਆ, ਕੀ ਦੱਸਿਆ? ਹੁਣ ਮੇਰੇ ਕੋਲ ਮਤਲਬ ਜ਼ਿਆਦਾ ਸੁਣਿਆ ਨਹੀਂ ਜਾਂਦਾ। ਮੈਂ ਮਤਲਬ ਜਦ ਦਵਾਈ ਬੂਟੀ ਖਾਨਾ ਮਤਲਬ ਥੜ ਗਿਆ ਵੀ ਡਟ ਕੇ ਮੁਕਾਬਲਾ ਆਇਆ ਵਾ ਤੇ ਇਹਦੀ ਗਰਦਨ ਤੇ ਗੋਲੀ ਲੱਗ ਗਈ। ਹਾਂਜੀ, ਜਿਹੜੀ ਆ ਮਤਲਬ ਗੱਲ ਹੈ। ਠੀਕ, ਰਣਜੀਤ ਸਿੰਘ ਨਾਮ ਮੇਰਾ, ਜਸਬੀਰ ਸਿੰਘ ਮੇਰੇ ਬ੍ਰਦਰ ਦਾ ਨਾਮ ਆ। ਉਹ ਆਰ ਟੀ ਦੇ ਵਿੱਚ ਫੌਜ ਦੇ ਵਿੱਚ ਆਰਮੀ ਦੇ ਵਿੱਚ ਭਰਤੀ ਹੋਇਆ। ਆਰ ਟੀ ਉਹਦੀ ਯੂਨਿਟ ਸੀ ਅਤੇ ਉਹ ਜੀ ਸੁਬਹਾ ਫੋਨ ਆਇਆ ਵਾ ਸਵੇਰੇ ਸਵੇਰ। ਉਹਨਾਂ ਨੇ ਸੀ ਓ ਸਾਹਿਬ ਨੇ ਫੋਨ ਲਾਇਆ ਵਾ ਵੀ ਉਹਦੀ ਮਤਲਬ ਚੋਟ ਲੱਗੀ ਆ, ਮਤਲਬ ਜ਼ਖਮੀ ਹੋਇਆ ਵਾ। ਅਤੇ ਬਾਅਦ 'ਚ ਮਤਲਬ ਫੋਨ ਤੋਂ ਪਤਾ ਨਹੀਂ ਲੱਗਾ, ਬਾਅਦ 'ਚ ਮੁੜ ਕੇ ਉਹਨਾਂ ਨੇ ਚਿਰ ਪਿੱਛੋਂ ਦੱਸਿਆ ਵੀ ਡੈਥ ਹੋ ਚੁੱਕੀ ਆ, ਮੁਕਾਬਲਾ ਆ। ਕਿੰਨੀ ਦੇਰ ਤੋਂ ਭਰਤੀ ਸੀ ਉਹ? 7 ਸਾਲ ਤੋਂ ਹੈ ਜੀ। ਤੇ ਕਿਹੜੀ ਬਟਾ ਕਿਹੜੀ ਜਗ੍ਹਾ ਸੀ ਪੋਸਟ? ਉਹ ਸ਼੍ਰੀਨਗਰ ਹੀ ਗਈ। ਹਾਂਜੀ, ਜਦੋਂ ਇਨਫੋਰਮੇਸ਼ਨ ਕਿੰਨੇ ਵਜੇ ਆਈ, ਕਿਹੜਾ ਟਾਈਮ ਸੀ ਉਹ? ਸਵੇਰੇ ਸਵੇਰੇ ਉਹਨਾਂ ਨੇ ਫੋਨ ਲਾਇਆ ਜੀ, ਕਿੰਨੇ? 6:30 ਵਜੇ ਤਕਰੀਬ। ਮੈਰਿਡ ਹੀ ਗਿਆ? ਅਨਮੈਰਿਡ ਹੀ। ਬਾਅਦ 'ਚੋਂ ਗੱਲਬਾਤ ਹੋਈ? ਬਾਅਦ 'ਚੋਂ ਕੋਈ ਗੱਲਬਾਤ ਨਹੀਂ। ਕੌਣ ਕੌਣ ਹੈ ਵੀਰ ਦੇ ਪਰਿਵਾਰ 'ਚ? ਮੈਂ ਹਾਂ ਅਤੇ ਮੇਰਾ ਡੈਡੀ ਆ, ਮੰਮੀ ਆ ਅਤੇ ਭੈਣ। ਹਾਂਜੀ, ਅਤੇ ਮੈਰਿਡ ਨਹੀਂ? ਨਹੀਂ ਮੈਰਿਡ ਨਹੀਂ। ਇੱਥੇ ਮੌਜੂਦ ਹਰ ਇੱਕ ਸ਼ਖਸ ਦੀ ਅੱਖ ਨਮ ਹੈ, ਦਿਲ ਦੇ ਵਿੱਚ ਇੱਕ ਦਰਦ ਹੈ, ਪਰੰਤੂ ਅਲਫਾਜ਼ਾਂ ਦੇ ਵਿੱਚ ਉਸਨੂੰ ਬਿਆਨ ਕਰਨ ਦੇ ਵਾਸਤੇ ਕਿਸੇ ਦੇ ਕੋਲ ਕੋਈ ਸ਼ਬਦ ਮੌਜੂਦ ਨਹੀਂ ਹੈ। ਬਹਾਦਰੀ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਜਸਬੀਰ ਸਿੰਘ ਦੇ ਪਰਿਵਾਰ ਦੇ ਵਾਸਤੇ ਇਹ ਇੱਕ ਕਰੜੀ ਪ੍ਰੀਖਿਆ ਦਾ ਸਮਾਂ ਹੈ, ਜਿੱਥੇ ਕਿ ਜਸਬੀਰ ਸਿੰਘ ਦੀ ਸ਼ਹਾਦਤ ਦੀ ਖਬਰ ਮਿਲਦੇ ਸਾਰ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੋ ਗਿਆ। ਇਹ ਜਿਹੜਾ ਸਾਡੇ ਪਿੰਡ ਦਾ ਸ਼ਹੀਦ ਹੋਇਆ ਜੀ, ਇਹਨਾਂ ਦਾ ਨਾਂ ਸਰਦਾਰ ਜਸਬੀਰ ਸਿੰਘ ਹੈ ਜੀ, ਪਿਤਾ ਦਾ ਨਾਂ ਸਰਦਾਰ ਗੁਰਭੇਜ ਸਿੰਘ ਹੈ ਜੀ। ਇਹ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਆ, 2.5 ਕਿੱਲੇ ਇਹਨਾਂ ਦੀ ਸਾਰੀ ਜ਼ਮੀਨ ਹੈ ਜੀ, ਗਰੀਬ ਪਰਿਵਾਰ ਹੈ। ਅਤੇ ਇਹ ਪਰਿਵਾਰ ਦੇ ਦੱਸਣ ਮੁਤਾਬਕ ਜੀ, ਅੱਜ ਹੀ ਇਹਨਾਂ ਨੇ ਦੱਸਿਆ ਵੀ ਸਾਨੂੰ ਸਵੇਰੇ ਕੋਈ 6:15 ਵਜੇ ਜੰਮੂ ਤੋਂ ਫੋਨ ਆਇਆ ਜੀ, ਆਰ ਟੀ ਆਈ ਕੋਈ ਯੂਨਿਟ ਹੈ ਜੀ ਜੰਮੂ 'ਚ, ਉੱਥੇ ਉਹਨਾਂ ਦੀ ਗਰਦਨ 'ਚ ਗੋਲੀ ਵੱਜੀ ਹੈ ਜੀ। ਅਤੇ ਉੱਥੇ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਅੱਜ ਸਾਡੇ ਪਿੰਡ ਦਾ ਦੂਸਰਾ ਸ਼ਹੀਦ ਹੋਇਆ ਜੀ। ਇਸ ਤੋਂ ਪਹਿਲਾਂ ਵੀ 2017 'ਚ ਸਾਡੇ ਪਿੰਡ ਦਾ ਸ਼ਹੀਦ ਹੋਇਆ ਸਰਦਾਰ ਪਰਮਜੀਤ ਸਿੰਘ ਜੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।